ਫੈਮਲੀ ਮੈਟਰਸ ਵਿੱਚ ਕਾਫੀ ਵਾਰ ਤੁਸੀਂ ਦੇਖੀ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ? ਹਾਂ, ਫੈਮਲੀ ਮੈਟਰਸ ਵਿੱਚ ਕੀ ਮਹਿਸੂਸ ਹੋ ਰਿਹਾ ਜੀ? ਹਾਂਜੀ, ਕਿਵੇਂ ਤੁਸੀਂ ਇੰਨਾ ਹੀ ਉਹਨਾਂ ਨੂੰ ਮਾਰ ਰਹੇ ਹੋ, ਕੁੱਟ ਰਹੇ ਹੋ, ਮਾਂ ਪਿਓ ਨੇ ਅਖੀਰ ਤੁਹਾਡੇ ਕੁਛ ਤਾਂ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇੰਨਾ ਕਿਉਂ ਮਾਰਿਆ? ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੀ ਉਹਦੀ, ਕੁਛ ਮਾਰਿਆ ਨਹੀਂ ਹੈ ਕੁਛ ਖਾਸ, ਇੱਦਾਂ ਹੀ ਥੋੜ੍ਹੀ ਥੋੜ੍ਹੀ ਨੋਕ ਚੋਕ ਵੀ ਹੋਈ ਆ, ਮੈਂ ਤਾਂ ਮਤਲਬ ਮਿਰਚਾ ਪਾਉਂਦਾ ਸੀ ਡੈਡੀ ਅੱਖਾਂ 'ਚ, ਹੋਰ ਕੁਛ ਨਹੀਂ, ਇੱਦਾਂ ਦੀ ਲੜਾਈ ਨੂੰ ਮੈਂ ਤੁਸੀਂ ਮੀਡੀਆ ਵਧਾ ਚੜਾ ਕੇ ਗੱਲ ਵੀ ਆਖੀ ਜਾਂਦਾ, ਕੁਛ ਇੱਦੀ ਖਾਸ ਗੱਲ ਨਹੀਂ ਹੋਈ। ਸੀ ਸੀ ਟੀਵੀ ਤਾਂ ਨਹੀਂ ਝੂਠ ਬੋਲਦੇ ਵੀ, ਜਦੋਂ ਸੀ ਸੀ ਟੀਵੀ 'ਤੇ ਐਕਸਪਾਇਰ ਹੋਇਆ ਸਾਡਾ, ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਖਾਸ ਬਾਅਦ ਦਿੱਤੇ ਨੇ ਨੋਰਮਲ ਸੀ ਗੱਲ, ਮੈਂ ਕੋਈ ਬਾਲੀਆਂ ਸੱਟਾਂ ਸੁੱਟਾਂ ਨਹੀਂ ਮਿਲਿਆ ਹੁਣ। ਪਰ ਤੁਹਾਨੂੰ ਇਹ ਲੱਗਦਾ ਕਿ ਮਾਰਨਾ ਗਲਤ ਹੈ? ਗਿਲਟੀ ਮਹਿਸੂਸ ਹੋ ਰਹੀ ਹੈ? ਇਹ ਚੀਜ਼ ਮੰਨਦੇ ਹੋ ਤੁਸੀਂ ਕਿ ਮਾਂ ਪਿਓ ਨੂੰ ਨਹੀਂ ਮਾਰਨਾ ਚਾਹੀਦਾ, ਚਾਹੇ ਜਿੱਦਾਂ ਦੇ ਵੀ ਮਾਂ ਪਿਓ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇੱਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ? ਨਹੀਂ ਨਹੀਂ ਕਰਦਾ ਸੀਗਾ, ਜਿਵੇਂ ਤਾਂ ਬੜਾ ਔਖਾ ਹੁੰਦਾ ਇਹ, ਜਿਹਦੇ ਜਿਹੜਾ ਬੰਦੇ ਦੇ ਵਿੱਚ ਹੋਵੇ ਹੁਣ ਔਖਾ ਹੁੰਦਾ ਇਹ ਕੰਮ, ਹੁਣ ਜਿੱਦਾਂ ਮਰਜ਼ੀ ਹੋਵੇ ਨਹੀਂ ਚੱਕਿਆ ਜਾਂਦਾ, ਬੜਾ ਹੱਥ ਕੰਮ ਦਿੰਦੇ ਨਾ ਕੰਮ। ਹਾਂਜੀ, ਬਟ ਮੇਰਾ ਮੇਰੇ 'ਤੇ ਤਸ਼ੱਦਦ ਹੋਇਆ ਸੀਗਾ, ਮੈਨੂੰ ਮੇਰੀ ਜੋਬ ਲੱਗੀ ਸੀ, ਬਾਈਕ ਚਾਹੀਦੀ ਸੀ, ਇੱਦਾਂ ਨੋਰਮਲ ਸੀਗਾ, ਇੱਦਾਂ ਕੋਈ ਲੜਾਈ ਨਹੀਂ ਹੋਈ, ਮੈਂ ਹੱਥ 'ਚ ਨਹੀਂ ਕੋਈ ਚੱਕਿਆ, ਮੈਂ ਕੁਛ ਸਿੱਖੀ ਜਾਂਦੇ, ਮੈਂ ਤੁਹਾਨੂੰ ਮੈਂ ਗੱਲ ਨਹੀਂ ਕਰਾਂਗੀ ਇਸ ਟਾਈਮ, ਫੈਮਲੀ ਮੈਟਰਸ ਵਿੱਚ ਕਾਫੀ ਵਾਰ। ਤੁਸੀਂ ਦੇਖੀ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ? ਹਾਂ, ਫੈਮਲੀ ਮੈਟਰਸ ਵਿੱਚ ਕੀ ਮਹਿਸੂਸ ਹੋ ਰਿਹਾ ਜੀ? ਹਾਂਜੀ, ਕਿਵੇਂ ਤੁਸੀਂ ਇੰਨਾ ਹੀ ਉਹਨਾਂ ਨੂੰ ਮਾਰ ਰਹੇ ਹੋ, ਕੁੱਟ ਰਹੇ ਹੋ, ਮਾਂ ਪਿਓ ਨੇ ਅਖੀਰ ਤੁਹਾਡੇ ਕੁਛ ਤਾਂ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇੰਨਾ ਕਿਉਂ ਮਾਰਿਆ? ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੀ ਉਹਦੀ, ਕੁਛ ਮਾਰਿਆ ਨਹੀਂ ਹੈ ਕੁਛ ਖਾਸ, ਇੱਦਾਂ ਹੀ ਥੋੜ੍ਹੀ ਥੋੜ੍ਹੀ ਨੋਕ ਚੋਕ ਵੀ ਹੋਈ ਆ, ਮੈਂ ਤਾਂ ਮਤਲਬ ਮਿਰਚਾ ਪਾਉਂਦਾ ਸੀ ਡੈਡੀ ਅੱਖਾਂ 'ਚ, ਹੋਰ ਕੁਛ ਨਹੀਂ, ਇੱਦਾਂ ਦੀ ਲੜਾਈ ਨੂੰ ਮੈਂ ਤੁਸੀਂ ਮੀਡੀਆ ਵਧਾ ਚੜਾ ਕੇ ਗੱਲ ਵੀ ਆਖੀ ਜਾਂਦਾ, ਕੁਛ ਇੱਦੀ ਖਾਸ ਗੱਲ ਨਹੀਂ ਹੋਈ। ਸੀ ਸੀ ਟੀਵੀ ਤਾਂ ਨਹੀਂ ਝੂਠ ਬੋਲਦੇ ਵੀ, ਜਦੋਂ ਸੀ ਸੀ ਟੀਵੀ 'ਤੇ ਐਕਸਪਾਇਰ ਹੋਇਆ ਸਾਡਾ, ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਖਾਸ ਬਾਅਦ ਦਿੱਤੇ ਨੇ ਨੋਰਮਲ ਸੀ ਗੱਲ, ਮੈਂ ਕੋਈ ਬਾਲੀਆਂ ਸੱਟਾਂ ਸੁੱਟਾਂ ਨਹੀਂ ਮਿਲਿਆ ਹੁਣ। ਪਰ ਤੁਹਾਨੂੰ ਇਹ ਲੱਗਦਾ ਕਿ ਮਾਰਨਾ ਗਲਤ ਹੈ? ਗਿਲਟੀ ਮਹਿਸੂਸ ਹੋ ਰਹੀ ਹੈ? ਇਹ ਚੀਜ਼ ਮੰਨਦੇ ਹੋ ਤੁਸੀਂ ਕਿ ਮਾਂ ਪਿਓ ਨੂੰ ਨਹੀਂ ਮਾਰਨਾ ਚਾਹੀਦਾ, ਚਾਹੇ ਜਿੱਦਾਂ ਦੇ ਵੀ ਮਾਂ ਪਿਓ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇੱਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ? ਨਹੀਂ ਨਹੀਂ ਕਰਦਾ ਸੀਗਾ, ਜਿਵੇਂ ਤਾਂ ਬੜਾ ਔਖਾ ਹੁੰਦਾ ਇਹ, ਜਿਹਦੇ ਜਿਹੜਾ ਬੰਦੇ ਦੇ ਵਿੱਚ ਹੋਵੇ ਹੁਣ ਔਖਾ ਹੁੰਦਾ ਇਹ ਕੰਮ, ਹੁਣ ਜਿੱਦਾਂ ਮਰਜ਼ੀ ਹੋਵੇ ਨਹੀਂ ਚੱਕਿਆ ਜਾਂਦਾ, ਬੜਾ ਹੱਥ ਕੰਮ ਦਿੰਦੇ ਨਾ ਕੰਮ। ਹਾਂਜੀ, ਬਟ ਮੇਰਾ ਮੇਰੇ 'ਤੇ ਤਸ਼ੱਦਦ ਹੋਇਆ ਸੀਗਾ, ਮੈਨੂੰ ਮੇਰੀ ਜੋਬ ਲੱਗੀ ਸੀ, ਬਾਈਕ ਚਾਹੀਦੀ ਸੀ, ਇੱਦਾਂ ਨੋਰਮਲ ਸੀਗਾ, ਇੱਦਾਂ ਕੋਈ ਲੜਾਈ ਨਹੀਂ ਹੋਈ, ਮੈਂ ਹੱਥ 'ਚ ਨਹੀਂ ਕੋਈ ਚੱਕਿਆ, ਮੈਂ ਕੁਛ ਸਿੱਖੀ ਜਾਂਦੇ, ਮੈਂ ਤੁਹਾਨੂੰ ਮੈਂ ਗੱਲ ਨਹੀਂ ਕਰਾਂਗੀ ਇਸ ਟਾਈਮ, ਫੈਮਲੀ ਮੈਟਰਸ ਵਿੱਚ ਕਾਫੀ ਵਾਰ। ਤੁਸੀਂ ਦੇਖੀ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ? ਹਾਂ, ਫੈਮਲੀ ਮੈਟਰਸ ਵਿੱਚ ਕੀ ਮਹਿਸੂਸ ਹੋ ਰਿਹਾ ਜੀ? ਹਾਂਜੀ, ਕਿਵੇਂ ਤੁਸੀਂ ਇੰਨਾ ਹੀ ਉਹਨਾਂ ਨੂੰ ਮਾਰ ਰਹੇ ਹੋ, ਕੁੱਟ ਰਹੇ ਹੋ, ਮਾਂ ਪਿਓ ਨੇ ਅਖੀਰ ਤੁਹਾਡੇ ਕੁਛ ਤਾਂ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇੰਨਾ ਕਿਉਂ ਮਾਰਿਆ? ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੀ ਉਹਦੀ, ਕੁਛ ਮਾਰਿਆ ਨਹੀਂ ਹੈ ਕੁਛ ਖਾਸ, ਇੱਦਾਂ ਹੀ ਥੋੜ੍ਹੀ ਥੋੜ੍ਹੀ ਨੋਕ ਚੋਕ ਵੀ ਹੋਈ ਆ, ਮੈਂ ਤਾਂ ਮਤਲਬ ਮਿਰਚਾ ਪਾਉਂਦਾ ਸੀ ਡੈਡੀ ਅੱਖਾਂ 'ਚ, ਹੋਰ ਕੁਛ ਨਹੀਂ, ਇੱਦਾਂ ਦੀ ਲੜਾਈ ਨੂੰ ਮੈਂ ਤੁਸੀਂ ਮੀਡੀਆ ਵਧਾ ਚੜਾ ਕੇ ਗੱਲ ਵੀ ਆਖੀ ਜਾਂਦਾ, ਕੁਛ ਇੱਦੀ ਖਾਸ ਗੱਲ ਨਹੀਂ ਹੋਈ। ਸੀ ਸੀ ਟੀਵੀ ਤਾਂ ਨਹੀਂ ਝੂਠ ਬੋਲਦੇ ਵੀ, ਜਦੋਂ ਸੀ ਸੀ ਟੀਵੀ 'ਤੇ ਐਕਸਪਾਇਰ ਹੋਇਆ ਸਾਡਾ, ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਖਾਸ ਬਾਅਦ ਦਿੱਤੇ ਨੇ ਨੋਰਮਲ ਸੀ ਗੱਲ, ਮੈਂ ਕੋਈ ਬਾਲੀਆਂ ਸੱਟਾਂ ਸੁੱਟਾਂ ਨਹੀਂ ਮਿਲਿਆ ਹੁਣ। ਪਰ ਤੁਹਾਨੂੰ ਇਹ ਲੱਗਦਾ ਕਿ ਮਾਰਨਾ ਗਲਤ ਹੈ? ਗਿਲਟੀ ਮਹਿਸੂਸ ਹੋ ਰਹੀ ਹੈ? ਇਹ ਚੀਜ਼ ਮੰਨਦੇ ਹੋ ਤੁਸੀਂ ਕਿ ਮਾਂ ਪਿਓ ਨੂੰ ਨਹੀਂ ਮਾਰਨਾ ਚਾਹੀਦਾ, ਚਾਹੇ ਜਿੱਦਾਂ ਦੇ ਵੀ ਮਾਂ ਪਿਓ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇੱਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ? ਨਹੀਂ ਨਹੀਂ ਕਰਦਾ ਸੀਗਾ, ਜਿਵੇਂ ਤਾਂ ਬੜਾ ਔਖਾ ਹੁੰਦਾ ਇਹ, ਜਿਹਦੇ
ਜਿਹੜਾ ਬੰਦੇ ਦੇ ਵਿੱਚ ਹੋਵੇ ਹੁਣ ਔਖਾ ਹੁੰਦਾ ਇਹ ਕੰਮ, ਹੁਣ ਜਿੱਦਾਂ ਮਰਜ਼ੀ ਹੋਵੇ ਨਹੀਂ ਚੱਕਿਆ ਜਾਂਦਾ, ਬੜਾ ਹੱਥ ਕੰਮ ਦਿੰਦੇ ਨਾ ਕੰਮ। ਹਾਂਜੀ ਬਟ ਮੇਰਾ ਮੇਰੇ ਤੇ ਤਸ਼ੱਦਦ ਹੋਇਆ ਸੀਗਾ, ਮੈਨੂੰ ਮੇਰੀ ਜੋਬ ਲੱਗੀ ਸੀ, ਬਾਈਕ ਚਾਹੀਦੀ ਸੀ, ਇੱਦਾਂ ਨੋਰਮਲ ਸੀਗਾ, ਇੱਦਾਂ ਕੋਈ ਲੜਾਈ ਨਹੀਂ ਹੋਈ, ਮੈਂ ਹੱਥ 'ਚ ਨਹੀਂ ਕੋਈ ਚੱਕਿਆ ਹੁੰਦੀ ਕੁਛ ਸੀ, ਮੈਂ ਤੁਹਾਨੂੰ ਮੈਂ ਗੱਲ ਨਹੀਂ ਕਰ ਲੱਗੀ ਉਸ ਟਾਈਮ।